ਵੈਲਕਮ ਟੂ ਖੰਨਾ ਨਿਊਜ਼ ਲਾਈਵ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਿਕੰਜਾ ਕਸਣ ਦੇ ਮੰਤਵ ਨਾਲ ਪੰਜਾਬ ਭਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਅਰੰਭੇ ਵਿਸ਼ੇਸ਼ ਆਪਰੇਸ਼ਨ ਵੀ ਕੀਤੇ ਗਏ। DSP ਪਾਇਲ ਨਿਖਲ ਗਰਗ ਦੀ ਅਗਵਾਈ ਹੇਠ ਪੁਲਿਸ ਨੇ ਸਬ ਡਿਵੀਜ਼ਨ ਪਾਇਲ ਵਿੱਚ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ। ਇੱਥੇ DSP ਆਪਣੀ ਟੀਮ ਦੇ ਨਾਲ ਖੁਦ ਮੁਹਿੰਮ ਵਿੱਚ ਸ਼ਾਮਲ ਸਨ। DSP ਨੇ ਉਹਨਾਂ ਵਿਅਕਤੀਆਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਖਿਲਾਫ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਉਹਨਾਂ ਦੇ ਪਰਿਵਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਜੋ ਕਿ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ ਜਾਂ ਜੇਲ੍ਹ ਵਿੱਚ ਬੈਠੇ ਹਨ। DSP ਸਾਹਿਬ ਅੱਜ ਦਰਾਹਾ ਸਤਨਾਮ ਨਗਰ ਪਹੁੰਚੋ ਕਿਸ ਸੰਬੰਧ ਅੱਜ ਸਨਮਾਨਯੋਗ DGP ਸਾਹਿਬ ਅਤੇ SSP ਖੰਨਾ ਮੈਮ ਦੇ ਨਿਰਦੇਸ਼ ਅਨੁਸਾਰ ਅਸੀਂ ਉਰੇ ਇੱਕ ਪੂਰੇ ਪਾਇਲ ਸੜਕ ਵਿੱਚ ਕਾਸ ਆਪਰੇਸ਼ਨ ਚਲਾ ਰਹੇ ਹਾਂ ਜੀ। ਸਰ ਕਿਹੜੇ ਕਿਹੜੇ ਪਿੰਡ 'ਚ ਕੌਸ ਆਪਰੇਸ਼ਨ ਚਲਾਇਆ ਗਿਆ ਜੀ? ਹਾਂਜੀ, ਅਸੀਂ ਮੇਨਲੀ ਸਟਾਰਟਿੰਗ ਅਸੀਂ ਇੱਧਰੋਂ ਕੀਤੀ ਹੈ, ਬਟ ਹਜੇ ਸਾਡੇ ਹੋਰ ਵੀ 2-4 ਪਿੰਡ ਜਿਹੜੇ ਸਾਡੇ ਡਰੱਗ ਹੌਟਸਪੌਟਸ ਨੂੰ ਟਾਰਗੇਟ 'ਤੇ ਨੇ। ਜਦੋਂ ਇੱਕ ਵਾਰੀ ਕੌਸ ਆਪਰੇਸ਼ਨ ਹੋ ਜਾਏਗਾ, ਅਸੀਂ ਉਸ ਤੋਂ ਬਾਅਦ ਬੈਟਰ ਡਿਸਕਲੋਜ਼ ਕਰ ਸਕਦੇ ਹਾਂ ਜੀ। ਸਰ ਕੋਈ ਰਿਕਵਰੀ ਹੋਈ ਇਸ ਮਾਮਲੇ 'ਚ? ਉਹ ਅਸੀਂ ਕਰ ਰਹੇ ਹਾਂ ਜੀ ਹਜੇ, ਦਿਸ ਇਜ਼ ਅ ਫਸਟ ਸਪੋਟ। ਜਿਵੇਂ ਜਿਵੇਂ ਸਾਡੀ ਹੋਰ ਅੱਗੇ ਅਸੀਂ ਆਪਰੇਸ਼ਨ ਕਰਾਂਗੇ, ਵੀ ਆਰ ਸ਼ੋਰ ਕਿ ਬਾਈ ਐਂਡ ਆਫ ਡੇ ਵਿਲ ਰਿਕਵਰ ਡਰੱਗਸ। ਮਤਲਬ ਮੁੱਦੇ 'ਤੇ ਕੌਸ ਆਪਰੇਸ਼ਨ ਚਲਾਇਆ ਜਾ ਰਿਹਾ? ਇੱਕ ਤਾਂ 15 ਅਗਸਤ ਦੇ ਮੱਦੇਨਜ਼ਰ ਵੀ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ, ਅਤੇ ਜਿਵੇਂ CM ਸਾਹਿਬ ਅਤੇ DG ਸਾਹਿਬ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਨਿਰਦੇਸ਼ ਹੈ, ਉਸ ਹਿਸਾਬ ਨਾਲ ਅਸੀਂ ਇੱਕ ਕਾਸ ਆਪਰੇਸ਼ਨ ਚਲਾ ਰਹੇ ਹਾਂ। ਸਰ ਜਿਸ ਤਰ੍ਹਾਂ ਕਿ ਤੁਸੀਂ ਅੱਜ ਸਤਨਾਮ ਨਗਰ ਪਹੁੰਚੋ, ਕੀ ਇੱਥੇ ਕੋਈ ਮੋਟਰਸਾਈਕਲ ਵਗੈਰਾ ਵੀ ਬਰਾਮਦ ਹੋਏ ਜੀ? ਉਰੇ ਸਾਨੂੰ ਇੱਕ ਮੋਟਰਸਾਈਕਲ ਮਿਲਿਆ ਹੈ ਜੋ ਬਿਨਾਂ ਨੰਬਰ ਹੀ ਹੈ, ਅਸੀਂ ਉਹਨੂੰ 207 'ਚ ਬੰਦ ਕਰ ਰਹੇ ਹਾਂ। ਅਗਰ ਸਾਨੂੰ ਕੋਈ ਹੋਰ ਵੀ ਇਹੋ ਜਿਹਾ ਵਹੀਕਲ ਮਿਲੇਗਾ, ਉਸ ਅਗੇਂਸਟ ਵੀ ਅਸੀਂ ਲੀਗਲ ਐਕਸ਼ਨ ਲਵਾਂਗੇ ਜੀ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।